ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਦੇ ਤਹਿਤ ਮੁਕੇਰੀਆਂ 'ਚ ਅਕਾਲੀ ਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਜੰਗੀ ਲਾਲ ਮਹਾਜਨ ਦੇ ਪੱਖ ਵਿੱਚ ਰੈਲੀ ਕੱਢੀ ਗਈ, ਜਿਸ 'ਚ ਬਿਕਰਮ ਮਜੀਠੀਆ, ਬੀਜੇਪੀ ਪੰਜਾਬ ਇੰਚਾਰਜ ਪ੍ਰਭਾਤ ਝਾ, ਬੀਜੇਪੀ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਪਹੁੰਚੇ, ਜਿਸ 'ਚ ਵਿਕਰਮ ਮਜੀਠੀਆ ਨੇ ਜ਼ਿਮਨੀ ਚੋਣਾਂ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਆਪਣੀ ਸਰਕਾਰ ਦੇ ਦਮ ਤੇ ਇਹ ਚੋਣਾਂ ਜਿੱਤਣਾ ਚਾਹੁੰਦੀ ਹੈ, ਜਿਸ ਲਈ ਉਹ ਇਲੈਕਸ਼ਨ ਕਮਿਸ਼ਨ ਤੋਂ ਨਿਰਪੱਖ ਚੋਣਾਂ ਲਈ ਮੰਗ ਕਰਦੇ ਨੇ ਕਿ ਹਰ ਬੂਥ ਤੇ ਸੀਸੀਟੀਵੀ ਲਗਾਏ ਜਾਣ। ਔਰ ਪਾਰਲੀਮੈਂਟਰੀ ਫੋਰਸਿਸ ਦਾ ਮੈਂ ਇਲੈਕਸ਼ਨਾਂ 'ਚ ਚਾਰੇ ਵਿਧਾਨ ਸਭਾ 'ਚ ਡਿਮਾਂਡ ਕਰਦਾ, ਕਿਉਂਕਿ ਸਰਕਾਰ ਨੇ ਕੁਛ ਨਹੀਂ ਕੀਤਾ। ਸਰਕਾਰ ਹੁਣ ਸਿਰਫ ਧੱਕੇ ਦੇ ਜ਼ੋਰ ਨਾਲ, ਧੋਖੇ ਦੇ ਜ਼ੋਰ ਨਾਲ, ਆਪਣੀ ਸਰਕਾਰ ਦੇ ਮਸ਼ੀਨਰੀ ਦੇ ਜ਼ੋਰ ਨਾਲ ਇਲੈਕਸ਼ਨ ਜਿੱਤਣਾ ਚਾਹੁੰਦੀ ਹੈ। ਫਰੀ ਐਂਡ ਫੇਅਰ ਇਲੈਕਸ਼ਨ ਲਈ ਇਹ ਬੜਾ ਜ਼ਰੂਰੀ ਹੈ। ਇੱਕ ਵਫ਼ਦ ਸ਼੍ਰੋਮਣੀ ਅਕਾਲੀ ਦਲ ਦਾ, ਬੀਜੇਪੀ ਦਾ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮਿਲ ਕੇ ਇਹ ਡਿਮਾਂਡ ਕਰੂਗਾ ਫੋਰ ਫਰੀ ਐਂਡ ਫੇਅਰ ਇਲੈਕਸ਼ਨ, ਕਿ ਪੈਰਾ ਮਿਲਟਰੀ ਫੋਰਸਿਸ ਜ਼ਰੂਰ ਲੱਗਣ ਔਰ ਸਾਰੇ ਬੂਥਾਂ 'ਚ ਵੀਡੀਓ ਰਿਕਾਰਡਿੰਗ ਹੇਠ, ਇਹ ਸਾਰੀ ਸੀਸੀਟੀਵੀ ਰਿਕਾਰਡਿੰਗ ਹੇਠ ਇਹ ਸਾਰੀ ਪ੍ਰਕਿਰਿਆ ਹੋਵੇ। ਰੈਲੀ ਦੌਰਾਨ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਵੀ ਆੜੇ ਹੱਥੀ ਲਿਆ ਤੇ ਕਿਹਾ ਕਿ ਕੈਪਟਨ ਸਰਕਾਰ ਝੂਠੀਆਂ ਸੌਆਂ ਖਾ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ। ਉਹਨਾਂ ਕੈਪਟਨ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਤੇ ਆਏ ਦਿਨ ਪੰਜਾਬ 'ਚ ਹਥਿਆਰ ਬਰਾਮਦ ਹੋ ਰਹੇ ਨੇ ਤੇ ਕਈ ਹਿੰਸਕ ਘਟਨਾਵਾਂ ਵੀ ਵਾਪਰ ਰਹੀਆਂ ਨੇ। ਪੰਜਾਬ ਦੇ ਲੋਕਾਂ ਨਾਲ, ਜਿਨ੍ਹਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਤੇ ਉਹਨਾਂ ਦੀ ਕਾਂਗਰਸ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾ ਕੇ ਉਹਨਾਂ ਨਾਲ ਝੂਠ ਬੋਲਣ ਦਾ ਕੰਮ ਕੀਤਾ। ਅੱਜ ਹਰ ਇੱਕ ਉਸ ਕਿਸਾਨ ਨੂੰ, ਦਲਿਤ ਭਰਾ ਨੂੰ, ਬੈਕਵਰਡ ਵੀਰ ਨੂੰ, ਦਲਿਤ ਵੀਰ ਨੂੰ, ਇੰਪਲਾਈ ਨੂੰ, ਨੌਜਵਾਨ ਨੂੰ ਇਨਸਾਫ ਤੋੜਨ ਦੇ ਕੰਮ 'ਚ ਭਾਜਪਾ ਦੇ ਕਮਲ ਦੇ ਫੁੱਲ 'ਚ ਅਤੇ ਤੱਕੜੀ ਨੂੰ ਚੋਣ ਨਿਸ਼ਾਨ 'ਤੇ ਕਾਮਯਾਬ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਝੂਠ ਦੇ ਪਲੰਦੇ ਨੂੰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਝੂਠ ਦੀ ਰਾਜਨੀਤੀ ਨੂੰ ਇੱਕ ਸਬਕ ਸਿਖਾਉਣ ਦਾ ਕੰਮ ਕਰੇ ਕਿ ਪੰਜਾਬ 'ਚ ਇਨਵੈਸਟਮੈਂਟ ਨਹੀਂ ਆ ਰਹੀ, ਭਾਈਚਾਰਕ ਸਾਂਝ ਖਤਰੇ 'ਚ ਹੈ ਔਰ ਪੰਜਾਬ 'ਚ ਅੱਜ ਰੋਜ਼ ਦੀ ਰੋਜ਼ ਜੇ ਗੱਲ ਚੱਲਦੀ ਹੈ ਤਾਂ ਕਿੱਥੋਂ ਹਥਿਆਰ ਬਰਾਮਦ ਹੋ ਗਏ ਜਾਂ ਕਿੱਥੇ ਬਲਾਸਟ ਹੋ ਗਏ। ਇਹ ਬੜੀ ਵੱਡੀ ਫੇਲੀਅਰ ਕੈਪਟਨ ਅਮਰਿੰਦਰ ਸਿੰਘ ਦੀ ਤੇ ਉਹਨਾਂ ਦੇ ਲਾਅ ਐਂਡ ਆਰਡਰ ਦੀ ਸਾਬਤ ਹੋ ਰਹੀ ਹੈ। ਮੁਕੇਰੀਆਂ ਤੋਂ ਧਰਮਚੰਦ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।